ਪਰਮ ਸਤਕਾਰਯੋਗ 사ਸੰਗੇ ਜੀ ਰਸਨਾ ਪਵਿੱਤਰ ਕਰੀਏ ਤਿਆ ਕੀਏ ਤਾਨ ਸੇ ਰਿਸਤ ਗੁਰੂ ਰਾਮ ਸਿੰਘ ਜੀ ਤਾਨ ਸੇ ਰਿਸਤ ਗੁਰੂ ਜਗਜੀਤ ਸਿੰਘ ਜੀ ਤਾਨ ਸੇ ਰਿਸਤ ਗੁਰੂ ਉਦੇਸ ਸਿੰਘ ਜੀ ਸਾਖੀਏ ਸਰਦਾਰ ਮੰਗਲ ਸਿੰਘ ਬਿਸ਼ਨਪੁਰੀਆ ਮੰਗਲ ਸਿੰਘ ਸਰਦਾਰ ਜਪਜਨ ਸੁਣਿਆ ਤਾਂ ਕਿਸੇ ਨੇ ਉਸ ਨੂੰ ਕਿਹਾ ਕੁੱਕਾ ਹੋਇ ਗਿਆ ਹੈ ਕੁੱਕੇ ਕੀ ਕਲਾਮ ਸੁਣ ਲਈ ਸੂ ਮੁਸਲਮਾਨੀ ਦਸਵੇਂ ਪਾਸ਼ਾ ਕੋ ਛੱਡ ਕੇ ਤਰਖਾਨ ਦਾ ਸਿੱਖ ਬਣਿਆ ਹੈ ਮਾਰੋ ਇਸ ਨੂੰ ਵਿੱਚੋਂ ਕੱਢੋ ਸਾਖ ਉਸਕੇ ਰਾਜੇ ਨਾਲ ਸੀ ਰਾਜੀ ਜਾਂ ਕਰੋਪ ਹੋਈ ਮੰਗਲ ਸਿੰਘ ਸ੍ਰੀ ਸਾਧਗੁਰੂ ਜੀ ਕੀ ਹਜ਼ੂਰ ਅਰਜ਼ ਕੀਤੀ ਸੱਚੇ ਪਾਸ਼ਾ ਜੀ ਮੇਰੇ ਉੱਤੇ ਪਰਬਤ ਉਲਟਿਆ ਹੁੰਦਾ ਹੈ ਆਪ ਹੱਥ ਦੇ ਕੇ ਰੱਖੋ ਸ੍ਰੀ ਸਾਧਗੁਰੂ ਜੀ ਬਚਨ ਕੀਤਾ ਤੈਨੂੰ ਕੋਈ ਨਹੀਂ ਮਾਰ ਸਕਦਾ ਚੀਨੀ ਘੋੜੀ ਲੱਛੇ ਇੱਕ ਛੋਟੇ ਜਿਹੇ ਕੱਦ ਦੀ ਘੋੜੀ ਸੀ ਉਹ ਖੁੱਲੀ ਰਹਿੰਦੀ ਸੀ ਸ਼੍ਰੀ ਸਤਗੁਰੂ ਜੀ ਜਿਸ ਵਕਤ ਉਸ ਨੂੰ ਆਵਾਜ਼ ਮਾਰਨੀ ਤਾਂ ਉਸ ਨੇ ਪੈਰ ਚੁੱਕ ਕੇ ਕੰਧ ਨਾਲ ਅੱਡਾ ਲਾ ਲੈਣਾ ਐ ਘੋੜੀ ਮੰਗ ਕੇ ਸਰਦਾਰ ਮੰਗਲ ਸਿੰਘ ਨੇ ਲੈ ਲਈ ਤੇ ਇਸ ਦੇ ਬਦਲੇ ਵਿੱਚ ਚੀਨੀ ਘੋੜੀ ਸ਼੍ਰੀ ਸਤਗੁਰੂ ਜੀ ਕੋ ਦੇ ਦਿੱਤੀ ਕੁਸ਼ਾਲ ਸਿੰਘ ਨੂੰ ਦ੍ਰਿਸ਼ਟਾਂ ਇੱਕ ਸਿੰਘ ਆਇਆ ਖੁਸ਼ਾਲ ਸਿੰਘ ਨਾਮ ਦਾ। ਸ੍ਰੀ ਸਾਧਗੁਰੂ ਜੀ ਉਸ ਕੋ ਆਪਣੇ ਹੱਥ ਸੇ ਦਈ ਨਾਲੀ स्नान ਕਰਾਇਆ। ਸਿੰਘ ਕੀ ਬਿਰਤੀ ਅਸਤ ਤੇ ਬੇਅਸਤ ਹੋਈ। ਭਰੋਸਾ ਵੀ ਕੁਝ ਢੀਲਾ ਹੋਇ ਗਿਆ। ਉਸ ਦਾ ਭਰੋਸਾ ਬਣਵਾਣੇ ਕੋ ਇੱਕ ਦ੍ਰਿਸ਼ਟਾਂ ਦਿਖਾਉਣ ਲੱਗੇ। ਦ੍ਰਿਸ਼ਟਾਂਤ ਮੇ ਬਚਨ ਕੀਤਾ ਲੈ ਸਿੰਘਾ। ਅਕਾਲ ਪੁੰਗੇ ਵਾਲੇ ਖੂਹ ਵਿੱਚੋਂ ਗੜਵਾ ਜਾਲ ਕਾ ਕੱਢ ਲਿਆ। ਖੂਹ ਉੱਪਰ ਲੱਕੜੀ ਪਈ ਸੀ। उस पर पैर धार के खिंचन लगा गड़वा लकड़ी टूट गई अते खूह में जाए पाया पैर ना लगन समझ आ जो मैं डूब जावांगा इतनी चिंता करने से पैर लग गए देखे कि जो गुरु नानक जी बैठे हैं पहाड़ की तरफ देखे तो सतगुरु राम सिंह जी बैठे हैं गुरु नानक जी से बोला आया ओ जो बैठे हैं त्रिलोकी के नाथ हैं ਫਿਰ ਗੁਰੂ ਨਾਨਕ ਜੀ ਤਿਲਕ ਦਿੱਤਾ ਵਖਰੋ ਵਖਰਾ ਸਭ ਪਾਤਸ਼ਾਹਾਂ ਕੋ ਫਿਰ ਗੁਰੂ ਰਾਮ ਸਿੰਘ ਜੀ ਕੋ ਤਿਲਕ ਦਿੱਤਾ ਇਤਨਾ ਬ੍ਰਿਤਾੰਤ ਦੇਖ ਕੇ ਉਹਦੀ ਅੱਖ ਖੁੱਲ ਗਈ ਜੋ ਭਰੋਸਾ ਢੀਲਾ ਹੋਇਆ ਸੀ ਸੋ ਸਾਬਤ ਹੋਇਆ ਜਾਏ ਕਿ ਗੁਰੂ ਜੀ ਦਾ ਦਰਸ਼ਨ ਕੀਤਾ ਤਾਂ ਬਚਨ ਹੋਇਆ ਦੇ ਖਬਰ ਰਾਤ ਕੀ ਸਿੰਘ ਨੇ ਗਿਆ ਜੀ ਤੁਸੀਂ ਅੰਦਰ ਜਾਮੀ ਸਭ ਜਾਣ ਰਹੇ ਹੋ ਇੱਕ ਦ੍ਰਿਸ਼ਟਾਂਤ ਹੋਰ ਹੋਇਆ कि सिंह समुद्र के किनारे पर खड़ा है एक जहाज आमदा है हन। जा कंडे पर आया तो सिंह ने फते बुलाई जहाज पर चढ़ के देखे तो थोड़ी जि गली है ज उस दे देखे तो मोती मलूम होए जहाज वाले ने कहा ये मोती हैं? रामदासपुर नगर सतद्रव किनारे जहाँ तरे हैं उन अवतारे छिनवें करोड़ छिनवे करोड़ी माला है संगत को वरतेगी चिट्टी उनकी है इसको काला दाग नहीं लगेगा सब नाम जपण गे एक होर दृष्टांत होया देखे कि जो हनीरी आए गई है तीन शरीर जिन्ना के बड़े बड़े आकार हैं सो दिसन जा कुशाल सिंह के कोल आए एक मर्द का पेस ਇਕਦਾ ਮਰਦ ਦਾ ਪੇਸ ਅਤੇ ਦੋ ਜਨਾਨੇ ਕੇ ਪੇਸ ਤੇ ਸਿੰਘ ਕੋ ਗੈਣ ਲਗੇ 12ਵੇਂ ਗੁਰੂ ਕੋ 1.5 ਸੁਨੇਹਾ ਦੇ ਦੇਣਾ ਕਿ ਉਹ ਕਹਿੰਦੇ ਸੀ ਜੋ ਤੁਹਾਡੀ ਅਮਾਨਤ ਧਰੀ ਹੋਈ ਹੈ ਸੋ ਆਪ ਸਾਂਭ ਲਵੋ ਇਤਨਾ ਬਚਨ ਕਹਿ ਕੇ ਗੁਪਤ ਹੋਏ ਗਏ ਕੁਸ਼ਾਲ ਸਿੰਘ ਨੇ ਸੀ ਸਾਗੁਰ ਜੀ ਕੇ ਪਾਸ ਜਾ ਅਰਜ਼ ਕੀਤੀ ਕਹਿਣ ਲਗੇ ਜੀ ਇੱਕ ਮਰਦ ਸੀ ਦੋ ਜਨਾਨੇ ਸੀ ਸਰੂਆੰਗ ਸਿੱਧਾ ਸਰੀਰ ਸੀ ਗਾਂਡਬੀਨਾ ਸੀ ਕੋਈ ਸਰੀਰ ਮੇ ਮਾਲੂਮ ਹੁੰਦੀ ਕਹਿਣੇ ਲਗੇ ਚਰਨਾ ਪਰ ਸਾਡੀ ਨਮਸਕਾਰ ਕਰਨੀ ਕਹਿੰਦੇ ਸੀ ਜੋ ਤੁਹਾਡੀ ਅਮਾਨਤ ਰਹੀ ਹੈ ਸੋ ਸਾਮ ਲਵੋ ਉਜਾੜ ਮੇ ਮੈਨੂੰ ਮਿਲੇ ਸੀ ਸਿਸਾਗੂ ਜੀ ਬਚਨ ਕੀਤਾ ਸਮੇ ਨਾਲ ਸਾੰਭਾਂਗੇ ਕੋਲੂ ਸਿੰਘ ਨੇ ਪੁੱਛਿਆ ਸਾਨੂੰ ਨਾ ਪਤਾ ਲੱਗਿਆ ਕੀ ਬਾਤ ਸੀ ਸਾਧਗੁਰ ਜੀ ਬਚਨ ਕੀਤਾ ਸਮੁੰਦਰ ਤੇ ਸਤਲੁਜ ਤੇ اٹਕ ਸੀ कहेंडे से दसवें पातशाही वाली जो माया है सो सांबो अधीन होए आए आए से एक सिंह ने के दर्शन फतेह बुलाई कहने लगा जी मैं पवार गया सी मतलब जरा मार के चला जाए फिर जी पैना देख आया हां मैं सोने के सिंहासन पर आपकी मूर्ति बैठी है जेडे सिंह हैं है पूरी को कोई आते हैं ਜੋ ਹੋਰ 84 ਕੇ ਜੀਵ ਹੈਨ ਤੀਨਾ ਕੋ ਧਰਮ ਰਾਏ ਕੇ ਗਾਣ ਲਈ ਜਾਂਦੇ ਹੈ ਲੱਲਾ ਦੇ ਸਿੰਘ ਗੁਰੂ ਜੀ ਦੀ ਸੋਭਾ ਸੁਣ ਕੇ ਭਜਨ ਲੈਣ ਆਏ ਹੋਏ ਸ਼ਰੀਰ ਬਾਬਾ ਮਸਤਾਨ ਸਿੰਘ ਪਿੰਡ ਲਾਲ ਯਾਨੀ ਗੁਰੂ ਸਰ ਪਟਿਆਲਾ ਤੇ ਬਾਬਾ ਅਤਰ ਸਿੰਘ ਬਾਬਾ ਭੀਸ਼ਣ ਸਿੰਘ ਦੇ ਪਿਤਾ ਸ਼੍ਰੀ ਸਾਗੁਰ ਜੀ ਦਾ ਦਰਸ਼ਨ ਕੀਤਾ ਤੇ ਭਜਨ ਮੰਗਿਆ ਜੀ ਸਾਨੂੰ ਨਾਮ ਮਿਲੇ ਥਰਡ ਇਸਾਈ ਵਾਲੇ ਮੰਦਰ ਮੇ ਭਜਨ ਕਰਦੇ ਸੇ ਬੈਠੇ ਸ਼੍ਰੀ ਸਾਗੁਰ ਜੀ ਹੁਕਮ ਦਿੱਤਾ ਜੋ 100 ਸੋ ਪਾਠ ਜਪ ਸਾਹਿਬ ਦਾ ਕਰਕੇ ਤੇ ਪੰਜ ਪੰਜ ਸਿੰਘਾ ਕੋ ਪ੍ਰਸ਼ਾਦ ਛਕਾਇ ਕੇ ਆਵੋ ਤਾਂ ਭਜਨ ਦੇ ਆਂਗੇ ਜੈ ਕੀ 100 ਸੋ ਪਾਠ ਕੀਤਾ ਅਤੇ ਪੰਜ ਪੰਜ ਸਿੰਘਾ ਕੋ ਪ੍ਰਸ਼ਾਦ ਛਕਾਇ ਕੇ ਆਏ ਭਜਨ ਲੈ ਲੈ ਲਿਆ ਆਏ ਕੀ ਗੁਰੂ ਜੀ ਬਚਨ ਕੀਤਾ ਜਪ ਸਾਹਿਬ ਦਾ ਪਾਠ ਨਿਤਨੇਮ ਨਾਲ ਕਰੋ ਨਾਲੇ ਕੰਠ ਕਰੋ ਦੋਹਾਂ ਨੇ ਅਰਜ਼ ਕੀਤੀ ਜੀ ਅਸੀਂ ਵੀ ਹੰਗਮ ਹੋਇਆ ਚਾਹੁੰਦੇ ਹਾਂ ਮਸਤਾਨ ਸਿੰਘ ਦੀ ਵਾਰੀ ਚੁੱਪ ਕਰ ਰਹੇ ਤੇ ਅਤਰ ਸਿੰਘ ਕੀ ਵਾਰੀ ਕਹਾ ਕਿ ਤੂੰ ਗ੍ਰਿਹਸਤੀ ਹੈ ਹੁਣ ਚਲੇ ਜਾਓ ਬਚਨ ਮੰਨ ਕੇ ਚਲੇ ਗਏ ਇੱਕ ਸਮੇਂ ਸ੍ਰੀ ਸਾਧਗੁਰੂ ਜੀ ਲੱਲਾ ਵਾਲੇ ਗੁਰਦੁਆਰੇ ਗਏ ਉੱਥੇ ਬੋੜ ਖੂਹ ਵਿੱਚ ਖੜਾ ਸੀ ਉਸ ਦੀਆਂ ਜੜਾਂ ਨੇ ਖੂ ਰੋਗ ਲਿਆ ਹੋਇਆ ਸੀ ਉੱਥੇ ਬੋਰਡ ਏਡਾ ਦੀਵਾਨ ਲਗਵਾਇਆ ਅਤੇ ਅਨੂਪ ਸਿੰਘ ਨੰਬਰਦਾਰ ਕੋ ਬਚਨ ਕੀਤਾ ਇਹ ਬੋਰਡ ਦੇ ਦਿਓ ਜਿਤਨਾ ਖੂਟ ਹੈ ਜਾਵੇਗਾ ਬਣਾਇ ਦੇਵਾਂਗੇ ਗੁਰੂ ਜੀ ਬਚਨ ਕੀਤਾ ਇਹ ਕੋਡਾ ਰਖਸ਼ ਹੈ ਇੱਕ ਸਿਆਹੜ ਹੈ ਦੂਜਾ ਕੁੰਗਰਾਣੇ ਹੈ ਇਹ ਤਿੰਨੇ ਇੱਕੋ ਜਿਹੇ ਹਨ ਪਰ ਲੱਲਾ ਵਾਲਾ ਵੱਡਾ ਹੈ ਉਸ ਨੇ ਨਾ ਮੰਨਿਆ गुरु जी बचन किता ना खूह रहेगा ना बरोटा रहेगा गुरु जी का बचन समा पा के पूरा होया समा पा के खूह बंद हो गया बरोटा सम्मत उन्नीस सौ छपुंजा में रामदासपुर जल्दिया लंगर में लिखारी ने नेत्री देखा होया है एक सिंह सी भाई राय सिंह ਹਜੂਰ ਸਾਹਿਬੇ ਭੇਜਿਆ ਕਿ ਦਸਮ ਗੁਰੂ ਕੀ ਰੀਤੀ ਦੇਖਾਵੇ ਸਿੰਘ ਨੇ ਜਾ ਕੇ ਅੰਦਰਲੇ ਪੁਜਾਰੀ ਕੀ ਰੀਤੀ ਦੇਖੀ ਕੀ ਦੇਖਦਾ ਹੈ ਸਵਾ ਪਹਿਰ ਰਾਤ ਸਣੇ ਕੇਸ਼ੇ ਸ਼্নান ਕਰਨਾ ਨਾਲੇ ਈਸ਼ਸ਼ਤਰਾ ਦਾ ਇਸ਼ਨਾਨ ਕਰਾਉਣਾ ਫਿਰ ਸ਼ਸਤਰ ਸੁਕਾਉਣੇ ਸਾਰੇ ਮੰਦਰ ਦਾ ਵਿੱਚੋਂ ਇਸ਼ਨਾਨ ਕਰਾਉਣਾ ਰਾਤੋਂ ਰਾਤ ਅੰਦਰ ਸੁਖ ਨਿਦਾਨ ਦੀ ਦੇਗ ਦਾ ਭੋਗ ਲੱਗਦਾ ਹੈ दूसरी बारी फिर सुख निदान का भोग लगता है जो तनखाहिया हो वे उसको आए मुशक हैं। जो रीति अबचल नगर के पुजारिया की थी सो सिंह देख आया श्री सतगुरु जी पास आए सारी की सारी वार्ता कही सारी आकलीए तानसी जी सतगुरु राम सिंह जी उन्हें चरणा सानेकारी डौौत बंदना है